ਜੀ ਆਪਣੇ ਵਿਚਾਰ ਰੱਖਣੇ ਚਾਹੁੰਦੇ ਆ ਉਹਨਾਂ ਬੇਨਤੀ ਚਾਰ ਕੇ ਚਾਰ ਸਨ ਮੋਦੀ ਸਰਕਾਰ ਮੁਰਦਾਬਾਦ ਹਾਏ ਹਾਏ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਪਿਆਰੇ ਵੀਰੋ ਭੈਣੋ ਸਾਰਿਆਂ ਨੂੰ ਵਧਾਈ ਦੇਣਾ ਸਭ ਤੋਂ ਵੱਧ ਵਧਾਈ ਦਿੰਦਾ ਮੈਂ ਬਾਬਾ ਜੀ ਨੂੰ ਔਰ ਵਧਾਈ ਦੇ ਪਾਤਰ ਬਾਬਾ ਜੀ ਹੈ ਜਿਨ੍ਹਾਂ ਨੇ ਅਗਲੇ ਇਲੈਕਸ਼ਨ ਜਿੱਤੀ ਹੈ ਜੀ ਔਰ ਅੱਜ ਦੇ ਹੀ ਸਾਨਾ ਦੀ ਮੈਂ ਜਿੱਤੀ ਹੈ ਇਹ ਪਰਮ ਜੀ ਦਫਤਰਾਂ ਦੀ ਦਾ ਤੇ ਜਦੋਂ ਇਹ ਜਿਹੜਾ ਅੱਜ 25 ਰੁਪਏ ਕਿਲੋ ਆਟਾ ਮਿਲ ਰਿਹਾ ਨਾ ਤੇ ਜਦੋਂ 100 ਪਲੱਸ ਚਲੇ ਗਿਆ ਜਾਂ ਕਿਸਾਨ ਜਿਨ੍ਹਾਂ ਨੇ ਪਹਿਲਾਂ ਤੋਂ ਬੂਟਾ ਲਾਇਆ ਸੀ ਜਿਹਨਾਂ ਸਹੀ ਸਹੀ ਕੰਮ ਕਰਦੀ ਹੈ ਅਤੇ ਅੱਜ ਇੱਕਦਮ ਐਡਾ ਵੱਡਾ ਉਹਨਾਂ ਨੇ ਕੱਚ ਕਰ ਲਿਆ ਉਹ ਸਰਕਾਰ ਨੂੰ ਦੱਸ ਦਿੱਤਾ ਜੰਗ ਜਿੱਤਣ ਦੇ ਕਿਨਾਰੇ ਹੀ ਆ ਸਰਕਾਰ ਜਿਹੜੀ ਕਦੀ ਕਿਸਾਨਾਂ ਦੇ ਦੂਰੇ ਦਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੁਲਾਜ਼ਮ ਮਜ਼ਦੂਰ ਏਕਤਾ ਜਿੰਦਾਬਾਦ 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 ਕਿਸਾਨ ਮੁਲਾਜ਼ਮ ਮਜ਼ਦੂਰ ਏਕਤਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸ਼ਾਹ ਚੱਜ ਕਰੋ ਕਾਲੇ ਕਾਨੂੰਨ ਰੱਦ ਕਰੋ ਮੋਦੀ ਸ਼ਾਹ ਚੱਜ ਕਰੋ ਕਾਲੇ ਕਾਨੂੰਨ ਰੱਦ ਕਰੋ ਮੁਲਾਜ਼ਮ ਮਜ਼ਦੂਰ ਏਕਤਾ ਜਿੰਦਾਬਾਦ 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 ਕਿਸਾਨ ਮੁਲਾਜ਼ਮ ਮਜ਼ਦੂਰ ਏਕਤਾ ਜਿੰਦਾਬਾਦ 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 ਹਿੰਦੁਸਤਾਨ ਦੇ ਕਿਸਾਨ ਜਿੰਦਾਬਾਦ 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 ਕਿਸਾਨ ਮੁਲਾਜ਼ਮ ਮਜ਼ਦੂਰ ਏਕਤਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸ਼ਾਹ ਚੱਜ ਕਰੋ ਕਾਲੇ ਕਾਨੂੰਨ ਰੱਦ ਕਰੋ ਮੋਦੀ ਸ਼ਾਹ ਚੱਜ ਕਰੋ ਕਾਲੇ ਏਕਤਾ ਜਿੰਦਾਬਾਦ 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 ਕਿਸਾਨ ਮੁਲਾਜ਼ਮ ਹਾਂਜੀ ਆਪਣਾ ਨਾਮ ਜੀ ਮੈਂ ਰਵਿੰਦਰਪਾਲ ਸਿੰਘ ਜੀ ਫਾਰਮੇਸੀ ਅਫਸਰ ਅੱਜ ਅਸੀਂ ਇੱਥੇ ਆਪਣੇ ਸਿਹਤ ਵਿਭਾਗ ਦੀਆਂ ਸਮੂਹ ਜਥੇਬੰਦੀਆਂ ਦੇ ਮੁਲਾਜ਼ਮ ਜੋ ਕਿ ਭੁੱਖ ਹੜਤਾਲ ਦਾ ਸੱਦਾ ਸਮੂਹ ਕਿਸਾਨ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ ਉਹਨੂੰ ਸਮਰਥਨ ਦੇਣ ਵਾਸਤੇ ਅੱਜ ਅਸੀਂ ਜ਼ਿਲ੍ਹੇ ਭਰ ਦੀਆਂ ਸਮੂਹ ਜਿਹੜੀਆਂ ਸਿਹਤ ਵਿਭਾਗ ਦੀਆਂ ਵੱਖ ਵੱਖ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਇੱਥੇ ਇਕੱਠੇ ਹੋ ਕੇ ਸਵੇਰ ਤੋਂ ਭੁੱਖ ਹੜਤਾਲ 'ਤੇ ਬੈਠੇ ਹਾਂ ਅਤੇ ਜੋ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਭੁੱਖ ਹੜਤਾਲ ਦਾ ਸੱਦਾ ਹੀ ਉਹਦੇ ਨਾਲ ਆਪਣਾ ਸਮਰਥਨ ਜ਼ਾਹਰ ਕਰਨ ਵਾਸਤੇ ਅੱਜ ਅਸੀਂ ਇੱਥੇ ਸਾਰੇ ਸਮੂਹ ਸਿਹਤ ਵਿਭਾਗ ਦੇ ਮੁਲਾਜ਼ਮ ਜਥੇਬੰਦੀਆਂ ਇਕੱਠੇ ਹੋ ਕੇ ਜਿਹੜਾ ਆਪਣਾ ਭੁੱਖ ਹੜਤਾਲ 'ਤੇ ਬੈਠੇ ਹਾਂ ਇਹ ਭੁੱਖ ਹੜਤਾਲ ਜਿਹੜੀ ਆ ਸਵੇਰੇ 10 ਵਜੇ ਤੋਂ ਸ਼ੁਰੂ ਹੋਈ ਸੀ ਇਹ ਸ਼ਾਮ ਦੇ 5 ਵਜੇ ਤੱਕ ਚੱਲੇਗੀ ਅਤੇ ਇਸ ਭੁੱਖ ਹੜਤਾਲ ਦੇ ਦੌਰਾਨ ਸਾਡੀਆਂ ਸਮੂਹ ਜਥੇਬੰਦੀਆਂ ਦੇ ਜਿਹੜੇ ਅਹੁਦੇਦਾਰ ਆ ਉਹ ਆਣ ਕੇ ਇਹਨਾਂ ਕਾਲੇ ਕਾਨੂੰਨਾਂ ਦੇ ਵਿਰੁੱਧ ਜੋ ਕਿ ਭਾਰਤੀ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਪਾਰਲੀਮੈਂਟ ਵਿੱਚ ਲਿਆਂਦੇ ਗਏ ਆ ਅਤੇ ਫਿਰ ਪਾਸ ਕੀਤੇ ਗਏ ਆ ਉਹਨਾਂ ਦੇ ਵਿਰੁੱਧ ਜਿਹੜੇ ਸਾਰੇ ਸਾਡੇ ਜਿਹੜੇ ਮੁਲਾਜ਼ਮ ਆਗੂ ਆ ਉਹਨਾਂ ਕਾਨੂੰਨਾਂ ਦੇ ਵਿਰੁੱਧ ਆਪਣਾ ਰੋਸ ਪ੍ਰਗਟ ਕਰ ਰਹੇ ਆ ਅਤੇ ਅਸੀਂ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਵੀ ਕਰਦੇ ਹਾਂ ਵੀ ਇਹ ਕਾਲੇ ਕਾਨੂੰਨ ਆ ਜਿਹੜੇ ਕਿਸਾਨਾਂ ਦੇ ਵਿਰੁੱਧ ਲਿਆਂਦੇ ਗਏ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਵਾ ਰੱਦ ਕੀਤਾ ਜਾਵੇ ਤਾਂ ਕਿ ਜਿਹੜੇ ਕਿਸਾਨ ਮਜ਼ਦੂਰ ਬਜ਼ੁਰਗ ਮਾਤਾਵਾਂ ਜਿਹੜੀਆਂ ਦਿੱਲੀ ਦੇ ਵਿੱਚ ਇੰਨੀ ਠੰਡ ਦੇ ਵਿੱਚ ਜਿਹੜੀਆਂ ਸੰਘਰਸ਼ ਕਰਨ ਨੂੰ ਮਜਬੂਰ ਆ ਉਹ ਇਹ ਸੰਘਰਸ਼ ਛੇਤੀ ਤੋਂ ਛੇਤੀ ਖਤਮ ਹੋਵੇ ਤਾਂ ਉਹ ਆਪਣੇ ਆਪਣੇ ਘਰਾਂ ਨੂੰ ਮੁੜ ਸਕਣ ਤਾਂ ਕਿ ਜਿਹੜਾ ਵਾ ਦੇਸ਼ ਦਾ ਭਵਿੱਖ ਵੀ ਬਚ ਸਕੇ ਅਤੇ ਸਾਰੇ ਜਿਹੜੇ ਸਾਡੇ ਜਿਹੜੇ ਆਗੂ ਸਾਹਿਬਾਨ ਉੱਥੇ ਗਏ ਆ ਜਾਂ ਸਾਡੇ ਜਿਹੜੇ ਕਿਸਾਨ ਵੀਰ ਉੱਥੇ ਗਏ ਆ ਉਹਨਾਂ ਦੀਆਂ ਸਿਹਤਾਂ ਵੀ ਠੀਕ ਰਹਿ ਸਕਣ ਅਤੇ ਹੋਰ ਜਿਹੜਾ ਅੱਗੇ ਜਾ ਕੇ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ ਵਾਰ ਵਾਰ ਮੀਟਿੰਗਾਂ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਪਰ ਉਹਨਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਇਹਦੇ ਵਿੱਚ ਕੀ ਕਾਰਨ ਸਮਝਦੇ ਹੋ ਇਹ ਜਿਹੜੀ ਕੇਂਦਰ ਸਰਕਾਰ ਦੀ ਅਸੀਂ ਸਮਝਦੇ ਹਾਂ ਉਹਦੀ ਨੀਤ ਸ਼ੱਕ ਵਾ ਉਹਦੀ ਨੀਤ ਦੇ ਵਿੱਚ ਫਰਕ ਆ ਉਹ ਇਹ ਕਿਸਾਨ ਬਿੱਲ ਜਿਹੜੇ ਕਿਸਾਨਾਂ ਦੇ ਵਿਰੁੱਧ ਲੈ ਕੇ ਆਈ ਆ ਉਹਦੇ ਪਿੱਛੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਹੱਥ ਆ ਜਿਹੜੇ ਕਿ ਜਦੋਂ ਇਲੈਕਸ਼ਨ ਹੁੰਦੀ ਆ ਉਹ ਇਹਨਾਂ ਜਿਹੜੀਆਂ ਪਾਰਟੀਆਂ ਇਹਨਾਂ ਨੂੰ ਫੰਡਿੰਗ ਕਰਦੇ ਆ ਉਹ ਹੁਣ ਆਪਣਾ ਉਹਨਾਂ ਨਾਲ ਵੀ ਇਹਨਾਂ ਦੇ ਉੱਤੇ ਜ਼ੋਰ ਆ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਦੇਸ਼ ਦੀ ਪਾਰਲੀਮੈਂਟ ਅਤੇ ਦੇਸ਼ ਦੇ ਜਿਹੜੇ MP ਆ ਜਿਨ੍ਹਾਂ ਨੇ ਇਹ ਕਾਨੂੰਨ ਬਣਾਏ ਆ ਅਤੇ ਇਸੇ ਕਰਕੇ ਹੀ ਉਹ ਆਲਾ ਟਾਲਾ ਕਦੀ ਇੱਧਰ ਨੂੰ ਗੱਲ ਕਰਦੇ ਆ ਕਦੀ ਉੱਧਰ ਨੂੰ ਗੱਲ ਕਰਦੇ ਆ ਕਦੇ ਜਥੇਬੰਦੀਆਂ ਨੂੰ ਸੱਦ ਲੈਂਦੇ ਆ ਅਤੇ ਗੱਲ ਉੱਥੇ ਦੀ ਉੱਥੇ ਆ ਜਦੋਂ ਕਿ ਇੱਕੋ ਹੀ ਗੱਲ ਮੰਗ ਰੱਖੀ ਆ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੇ ਵੀ ਇਹ ਸਾਡੇ ਅਸੀਂ ਇਹ ਕਾਨੂੰਨ ਲਿਆਉਣਾ ਨਹੀਂ ਚਾਹੁੰਦੇ ਅਤੇ ਇਹਨਾਂ ਨੂੰ ਰੱਦ ਕੀਤੇ ਜਾਣ ਜਦੋਂ ਉਹ ਕਾਨੂੰਨ ਲੈਣਾ ਨਹੀਂ ਚਾਹੁੰਦੇ ਉਹ ਆਉਂਦੇ
मेरा तृप्ता कुमारी एनएमएल एच वी यूनियन की वाइस प्रेजिडेंट पंजाब की। अज असी जिहड़ा संघर्ष किसान संघर्ष की हमायत में बैठे हाँ सारे आल मुलाजम सारे जिन्हों सारे कैटागरियाँ है फार्मासिस्ट है एल टी आ वर्कर है मल्टीपर्पज़ वर्कर है मल्टीपर्पज सुपरवाइजर है जिड़िया कि अज पूरे पंजाब डी सी जिथे भी हैडक्वाटर आ सारे मुलाजम जोड़े उन्होंने हमायत में बैठे आ 10 to 5 बजे तक भुख हड़ताल से ये बहुत ही मतलब मंदभागी घटना पंजाब वास्ते पूरे हिंदुस्तान के वास्ते कर लो जोड़े उन्हें 3 काले कानून पास किए आ बहुत ही घटिया किए आ मतलब मोदी सरकार सुननी पेगी किसानों की जिहड़े अज मेरे वीर किसान जिहड़े दिल्ली विच बैठे आ छोटे छोटे बच्चे लैके दिल्ली विच बैठे आ इवन के 4-4 साल के बच्चे आ जिहड़े कि लोग उत्थे लैके बैठे आ भुख हड़ताल वास्ते बहुत ही माड़ा मतलब असर पै रहा वा पूरे पंजाब ते नहीं पूरे हिंदुस्तान ते पै रहा वा जिहड़ा कि इनू वापस लैने पैणगे कानून जिदा कि अज तो 4 साल पहला मोदी ने नोटबंदी की सी उहदे विच भी कोई किसी नू कोई वाधी बेनीफिट नहीं सी होया कारपोरेट घराणिया नू ही उहदा फायदा सीगा इहदे विच भी कारपोरेट घराणिया नू ही फायदा आ इवन कि किसान जो भी मतलब जिनी भी किसे किसानी बूझदा वा उहदा जिहड़ा साल बाद जां 6 महीनों बाद उहदा रिजल्ट मिलदा वा इह सारा कारपोरेट घराणिया नू ही जाणा वा इस करके असीं रोटी रोजी तो मुहताज हो जावांगे साडे जिहड़े बच्चे आ आउण वाले जिहड़े कि किसानी दे नाल जुड़े होए आ मतलब ते उह जिहड़े आ मुहताज होणगे रोटी तो किसानी जिहड़ी बिल्कुल नीचे गिर जाएगी। ਉਹਦਾ ਕੋਈ ਬੈਨੀਫਿਟ ਨਹੀਂ ਆ ਈਵਨ ਕਿ ਉਹ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ ਉਹਨਾਂ ਵਿੱਚ ਸੋਧ ਕੀਤੀ ਜਾ ਰਹੀ ਆ ਅਸੀਂ ਚਾਹੁੰਦੇ ਕਿ ਜਿਹੜੇ ਕਾਨੂੰਨ ਬਣਾਏ ਆ ਉਹਨਾਂ ਨੂੰ ਰੱਦ ਹੋਣ ਤਾਂ ਫਿਰ ਹੀ ਕਿਸਾਨ ਵਾਪਸ ਆਉਣ ਕਿਉਂਕਿ ਉਹ ਜਿਹੜੀਆਂ ਵੀ ਮੀਟਿੰਗਾਂ ਕਿਸਾਨਾਂ ਦੇ ਨਾਲ ਹੋ ਰਹੀਆਂ ਵਾ ਉਹ ਸਿਰਫ ਕਾਨੂੰਨ ਦੇ ਵਿੱਚ ਸੋਧ ਕੀਤੀ ਜਾ ਰਹੀ ਆ ਨਾ ਕਿ ਉਹਨੂੰ ਰੱਦ ਕੀਤਾ ਜਾ ਰਿਹਾ ਉਹਨੂੰ ਕਰਨਾ ਪਏਗਾ ਪੰਜਾਬੀਆਂ ਦੇ ਨਾਲ ਟੱਕਰ ਆ ਕਰਨਾ ਪਏਗਾ ਕਾਨੂੰਨ ਨਹੀਂ ਹੁੰਦਾ ਜਦ ਤੱਕ ਕਾਨੂੰਨ ਨਹੀਂ ਹੁੰਦਾ ਇਹ ਰੱਦ ਤਦ ਤੱਕ ਜਿਹੜੇ ਆ ਸਾਰੇ ਜਥੇਬੰਦੀਆਂ ਜੋ ਵੀ ਆ ਮੁਲਾਜ਼ਮ ਕਿਸਾਨ ਮਜ਼ਦੂਰ ਜਿਹੜਾ ਵਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਰੋਲ ਕੇ ਸੰਘਰਸ਼ ਦੇ ਵਿੱਚ ਤਿਆਰ ਹੈ।